ਥੋੜੇ ਥੋੜੇ ਸਮੇਂ ਬਾਅਦ SYL ਦੀ ਚਰਚਾ ਰਾਜਨੀਤਿਕ ਗਲਿਆਰਿਆਂ 'ਚ ਸ਼ੁਰੂ ਹੋ ਜਾਂਦੀ ਹੈ। ਇੱਕ ਵਾਰ ਫਿਰ ਤੋਂ SYL ਦਾ ਮਸਲਾ ਉਹ ਸਿਆਸਤ 'ਚ ਗੂੰਜਣ ਲੱਗਾ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਸਾਡੇ ਨਾਲ ਨੇ। ਰਾਜੇਵਾਲ ਸਾਹਿਬ, ਜਦੋਂ ਚੋਣਾਂ ਨੇੜੇ ਆਉਂਦੀਆਂ ਜਾਂ ਜਦੋਂ ਦਿੱਲੀ ਹਰਿਆਣੇ ਕਿਤੇ ਵੀ ਕੋਈ ਮਸਲਾ ਉੱਠਦਾ ਤਾਂ ਉਦੋਂ SYL ਦਾ ਮਸਲਾ ਉੱਠ ਖੜਦਾ। ਹੁਣ ਫਿਰ ਹੁੱਡਾ ਸਾਹਿਬ ਕਹਿੰਦੇ ਨੇ, ਦਿੱਲੀ ਵਾਲੇ ਪਾਣੀ ਮੰਗਦੇ ਨੇ, ਹੁੱਡਾ ਸਾਹਿਬ ਕਹਿੰਦੇ ਨੇ ਕਿ SYL ਦਾ ਮਸਲਾ ਜਿਹੜਾ ਫਸਿਆ SYL ਬਣ ਜੇ ਤਾਂ ਫਿਰ ਅਸੀਂ ਪਾਣੀ ਗਾਂ ਦੇ ਦਿਆਂਗੇ। ਨਹੀਂ, ਉਹ ਤਾਂ ਹਰਿਆਣੇ ਵਾਲੇ ਲੀਡਰ ਕੁਛ ਵੀ ਕਹਿਣਗੇ, ਪਰ ਅਸੀਂ ਜਿਹੜੀ ਅੱਜ ਇੱਥੇ ਕਨਵੈਨਸ਼ਨ ਕੀਤੀ, ਅੱਜ ਰੋਜ਼ ਮੀਡੀਆ ਦੇ ਵਿੱਚ ਚਰਚਾ ਹੋ ਰਹੀ ਹੈ ਵੀ ਪੰਜਾਬ ਦਾ ਪਾਣੀ ਖਤਮ ਹੋ ਰਿਹਾ, ਔਰ ਇਹ ਬੜਾ ਵੱਡਾ ਕ੍ਰਾਈਸਿਸ ਹੈ। ਅੱਜ ਦੀਆਂ ਖਬਰਾਂ ਵਿੱਚ ਵੀ ਇਹ ਬੜਾ ਵੱਡਾ ਕ੍ਰਾਈਸਿਸ ਹੈ ਜਿਹਦੇ 'ਚ ਫਿਊਚਰ ਪੰਜਾਬ ਨੇ ਫਸ ਜਾਣਾ ਹੈ। ਔਰ ਇਹ ਵੀ ਇੱਕ ਰਿਪੋਰਟ ਪੇਸ਼ ਹੋ ਚੁੱਕੀ ਹੈ ਪਾਰਲੀਮੈਂਟ 'ਚ, ਜਿਹਦੇ 'ਚ ਕਿਹਾ ਗਿਆ ਵੀ ਜਿਹੜਾ 100 ਮੀਟਰ ਤੋਂ ਹੇਠਾਂ ਪਾਣੀ ਹੈ ਉਹਦੇ ਵਿੱਚ ਲੈਡ ਹੈ, ਨਾਈਟਰੇਟਸ ਨੇ ਔਰ ਆਰਸੀਨਿਕਸ ਨੇ। ਉਹ ਪਾਣੀ ਨਾ ਤਾਂ ਪੀਣ ਦੇ ਲਾਇਕ ਹੈ, ਨਾ ਉਹ ਪਾਣੀ ਫਸਲਾਂ ਨੂੰ ਲਾਉਣ ਦੇ ਲਾਇਕ ਹੈ, ਅਤੇ ਅਸੀਂ ਕਿੱਥੇ ਫਸਦੇ ਜਾ ਰਹੇ ਹਾਂ। ਇਹਦੇ 'ਤੇ ਅੱਜ ਅਸੀਂ ਕੁਛ ਐਕਸਪਰਟਸ ਬੁਲਾਏ ਸੀ ਵੀ ਅਸੀਂ ਸਾਰੀ ਸਥਿਤੀ ਨੂੰ ਡੀਪਲੀ ਸਮਝਣ ਦੀ ਕੋਸ਼ਿਸ਼ ਕਰੀਏ। ਔਰ ਉਹਦੇ 'ਚ ਇੱਕ ਗੱਲ ਜਿੱਥੇ ਪਹਿਲਾਂ ਵੀ ਅਸੀਂ ਕਹਿੰਦੇ ਸੀ, ਅੱਜ ਫਿਰ ਉੱਭਰ ਕੇ ਸਾਹਮਣੇ ਆਈ ਹੈ ਵੀ ਪੰਜਾਬ ਦੇ ਦਰਿਆਵਾਂ ਦਾ ਪਾਣੀ ਪੰਜਾਬ ਹੈ, ਉਹਦਾ ਮਾਲਕ ਪੰਜਾਬ ਹੈ, ਔਰ ਪਾਣੀ ਸਟੇਟ ਸਬਜੈਕਟ ਹੈ, ਅੱਜ ਵੀ ਸਟੇਟ ਸਬਜੈਕਟ ਹੈ, ਇਹ ਸਟੇਟ ਇਹਦੀ ਮਾਲਕ ਹੈ। ਪਰ ਠੀਕ ਆ, ਗਲਤ ਕੋਈ ਵੀ ਟ੍ਰਿਬਿਊਨਲ ਬਣਾਏ, ਕੁਛ ਕੀਤੇ, ਜਿੰਨੇ ਸਮਝੌਤੇ ਹੋਏ ਕੰਸਟੀਟਿਊਸ਼ਨ ਦੇ ਖਿਲਾਫ ਕਰਕੇ, ਸਿਰਫ ਪੰਜਾਬ ਦੇ ਸਮਝੌਤੇ ਇਹੋ ਜਿਹੇ ਨੇ ਜਿਹੜੇ ਹਿੰਦੁਸਤਾਨ ਦੇ ਕਿਸੇ ਵੀ ਸਟੇਟ ਨਾਲ ਇਸ ਤਰ੍ਹਾਂ ਦੇ ਸਮਝੌਤੇ ਨਹੀਂ ਹੋਏ, ਪੰਜਾਬ ਦਾ ਪਾਣੀ ਦੂਸਰੀਆਂ ਸਟੇਟਸ ਨੂੰ ਦਿੱਤਾ ਗਿਆ। ਹੁਣ ਅਸੀਂ ਅੱਜ ਇਹ ਕਿਹਾ ਵੀ ਪਹਿਲਾਂ ਪਾਣੀ ਦਾ ਫੈਸਲਾ ਕਰੋ, ਇਹਦਾ ਮਾਲਕ ਕੌਣ ਹੈ, ਔਰ ਫਿਰ ਜੇ ਸਾਡੇ ਕੋਲ ਬਚਦਾ ਹੈ ਅਸੀਂ ਪਾਣੀ ਦੇਵਾਂਗੇ, ਅਸੀਂ ਕਿਸੇ ਨੂੰ ਇਨਕਾਰ ਨਹੀਂ ਕਰਦੇ, ਅਸੀਂ ਦੇਸ਼ ਦੇ ਵਾਸੀ ਹਾਂ, ਪਰ ਉਹ ਪਾਣੀ ਮੁੱਲ ਲੈ ਲੈਣ। ਦਿੱਲੀ ਨੇ ਹਿਮਾਚਲ ਤੋਂ ਪਾਣੀ ਪਿਛਲੇ ਸਾਲ ਐਗਰੀਮੈਂਟ ਕਰਕੇ ਮੁੱਲ ਲਿਆ ਹੈ, ਅਤੇ ਰਾਜਸਥਾਨ ਬੀਕਾਨੇਰ ਰਿਆਸਤ ਸਾਤੋਂ ਬਿਫੋਰ ਪਾਰਟੀਸ਼ਨ ਮਹਾਰਾਜਾ ਬੀਕਾਨੇਰ ਨੇ ਅੰਗਰੇਜ਼ ਤੋਂ ਪਾਣੀ ਮੁੱਲ ਲਿਆ ਸੀ, ਉਹ ਸਾਨੂੰ 1995 ਤੱਕ ਪੈਸੇ ਦਿੰਦੇ ਰਹੇ ਅਤੇ ਹੁਣ ਬੰਦ ਕਰਤੇ। ਸਾਡਾ ਲੱਖਾਂ ਕਰੋੜ ਦਾ ਪਾਣੀ ਮੁਫ਼ਤ ਵਿੱਚ ਜਾ ਰਿਹਾ, ਰਾਜਸਥਾਨ ਨੂੰ ਜਾ ਰਿਹਾ, ਹਰਿਆਣਾ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਅਸੀਂ ਜਦੋਂ ਪੰਜਾਬ ਦੂਜੇ ਸਟੇਟਾਂ ਤੋਂ ਕੋਲਾ ਲੈਂਦਾ ਜਾਂ ਹੋਰ ਚੀਜ਼ਾਂ ਲੈਂਦਾ, ਅਸੀਂ ਉਹ ਪੇ ਕਰਕੇ ਲੈਂਦੇ ਹਾਂ, ਤੁਸੀਂ ਕਹਿ ਰਹੇ ਹੋ ਕਿ 95 ਤੱਕ ਪੈਸੇ ਆ ਰਹੇ ਸੀ, ਫਿਰ ਉਹਦਾ ਕੀ ਕਾਰਨ ਬਣਿਆ ਕਿ ਪੰਜਾਬ ਤਾਂ ਕਰਜ਼ੇ ਥੱਲੇ ਤਾਂ ਪਹਿਲਾਂ ਦੱਬਿਆ ਹੋਇਆ, ਕਰਜ਼ ਮਾਫ਼ੀ ਦੀਆਂ ਗੱਲਾਂ ਹੋ ਰਹੀਆਂ, ਅਤੇ ਕੀ ਸਾਡੇ ਕੋਲ ਇੰਨਾ ਜ਼ਿਆਦਾ ਪੈਸਾ ਆ ਗਿਆ ਸੀ, ਜਾਂ ਕੀ ਕਾਰਨ ਬਣੇ ਕਿ ਉਹ ਤੁਹਾਨੂੰ ਲੱਗਦਾ ਹੈ ਕਿ ਉਹ ਸਾਡੇ ਵੱਲੋਂ ਤਾਂ ਫ੍ਰੀ ਜਾਣ ਲੱਗ ਗਿਆ, ਉੱਧਰ ਹਰਿਆਣੇ ਵਾਲੇ ਸਾਡੇ ਤੋਂ SYL ਮੰਗਣ ਲੱਗ ਗਏ? ਅਨਫੋਰਚੁਨੇਟ ਪਹਿਲੂ ਇਹ ਹੈ ਵੀ ਇੱਥੇ ਦੀ ਪੋਲੀਟੀਕਲ ਲੀਡਰਸ਼ਿਪ ਕਦੇ ਵੀ ਪੰਜਾਬ ਦੇ ਮੁੱਦਿਆਂ 'ਤੇ ਸਿੰਸੀਅਰ ਨਹੀਂ ਹੋਈ ਔਰ ਸੀਰੀਅਸ ਨਹੀਂ ਹੋਈ। ਉਹਨਾਂ ਨੇ ਆਪਣੇ ਪੋਲੀਟੀਕਲ ਇੰਟਰਸਟ ਹਮੇਸ਼ਾ ਵਾਚ ਕੀਤੇ, ਜੇ ਉਹਨਾਂ ਨੂੰ ਠੀਕ ਲੱਗਿਆ ਕੀਤਾ, ਉਹ ਉਸੇ ਦਾ ਨਤੀਜਾ ਹੈ ਵੀ ਅੱਜ ਅਸੀਂ ਸਾਰਾ ਪੰਜਾਬ ਉਹਦੀ ਸਜ਼ਾ ਭੁਗਤ ਰਿਹਾ। ਸਰ ਦਰਬਾਰਾ ਸਿੰਘ ਨੇ ਕਿਉਂ ਦਸਤਖਤ ਕੀਤੇ ਜੀ? ਜਿਹੜੀ ਪਟੀਸ਼ਨ ਚੱਲਦੀ ਸੀ ਸੁਪਰੀਮ ਕੋਰਟ 'ਚੋਂ ਕਿਉਂ ਵਾਪਸ ਲਈ? ਕਿਹੜੀ ਤਲਵਾਰ ਧਰੀ ਸੀ? ਔਰ ਉਹ ਇੱਕ ਬੜਾ ਵੱਡਾ ਪੰਜਾਬ ਦੇ ਲੋਕਾਂ ਵਾਸਤੇ ਇੱਕ ਸੇਹ ਦਾ ਤੱਕੜਾ ਉਹ ਕੱਢ ਗਏ। ਤੋ ਇਸੇ ਤਰ੍ਹਾਂ ਬੜੇ ਪੋਲੀਟੀਕਲ ਲੋਕਾਂ ਨੇ ਸਮਝੌਤੇ ਕੀਤੇ, ਕਈਆਂ ਦੇ ਅਧਿਕਾਰ ਖੇਤਰ ਨੂੰ ਬਾਹਰੇ ਸੀ, ਪ੍ਰਾਈਮ ਮਿਨਿਸਟਰ ਨੂੰ ਸੁਪਰੀਮ ਕੋਰਟ ਨੂੰ ਕੋਈ ਅਧਿਕਾਰ ਨਹੀਂ ਪਾਣੀਆਂ ਦੇ ਮਸਲੇ 'ਚ ਦਖਲ ਦੇਣ ਦਾ। ਇਹ ਜਿਹੜਾ ਰਾਜਵਾਲ ਸਾਹਿਬ, ਲੋਕਾਂ ਦੀ ਜਾਣਕਾਰੀ ਦੇ ਲਈ ਜਦੋਂ 95 ਵਾਲਾ ਫੈਸਲਾ ਹੋਇਆ, ਉਸ ਤੋਂ ਬਾਅਦ ਪੈਸੇ ਆਉਣੇ ਬੰਦ ਹੋਏ, ਉਹਦੇ ਵਿੱਚ ਮੁੱਖ ਜ਼ਿੰਮੇਵਾਰ ਕੌਣ ਹੈ, ਇਹ ਗੱਲ ਕਿਵੇਂ ਚੱਲੀ, ਕਿੱਥੋਂ? 95 ਦਾ ਨਹੀਂ, 95 'ਚ ਤਾਂ ਉਹਨਾਂ ਨੇ ਬੰਦ ਕਰਤੇ ਦੇਣੇ ਪੈਸੇ। ਔਰ ਇਹ ਇੱਥੇ ਸਾਡੀ ਅਸੈਂਬਲੀ ਦਾ ਇੱਕ ਰੈਜ਼ੋਲੂਸ਼ਨ ਹੈ, ਪਿਛਲੀ ਅਸੈਂਬਲੀ ਵੇਲੇ ਇੱਕ MLA ਨੇ ਰੈਜ਼ੋਲੂਸ਼ਨ ਮੂਵ ਕੀਤਾ ਸੀਗਾ ਵੀ ਬਿੱਲ ਭੇਜੋ ਰਾਜਸਥਾਨ ਨੂੰ। ਯੂਨਾਨੀਮਸ ਰੈਜ਼ੋਲੂਸ਼ਨ ਹੈ, ਅੱਜ ਤੱਕ ਫਿਰ ਵੀ ਕੋਈ ਬਿੱਲ ਨਹੀਂ ਗਿਆ। ਜੇ ਤੁਸੀਂ ਕਲੇਮ ਹੀ ਨਹੀਂ ਕਰਦੇ, ਕੋਈ ਕਿਉਂ ਦਊਗਾ ਜੀ? ਇੱਕ ਹੋਰ ਬੜੀਆਂ ਬੜੀਆਂ ਗੱਲਾਂ ਇੰਟਰਸਟਿੰਗ ਨੇ।
ਅੱਜ ਇੱਕ ਖਬਰ ਹੈ ਭਈ ਸੈਂਟਰ ਨੇ ਕਿਹਾ ਅਸੀਂ ਦਾਲਾਂ ਔਰ ਆਇਲ ਸੀਡਸ ਜਿਹੜੇ ਨੇ ਉਹ ਖਰੀਦਣ ਵਾਸਤੇ ਨੈਫਡ ਦੇ ਥਰੂ ਪੈਸਾ ਦਿੰਦੇ ਹਾਂ। ਮੈਂ ਇੱਕ ਵਾਰੀ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ, ਮੈਂ ਅਸੀਂ ਡੈਲੀਗੇਸ਼ਨ ਸਾਡਾ ਗਿਆ ਹੋਇਆ ਸੀ, ਨੈਫਡ ਦਾ ਡੈਲੀਗੇਸ਼ਨ ਆਇਆ ਤੇ ਮੈਨੂੰ ਚੀਫ ਮਿਨਿਸਟਰ ਨੇ ਕਿਹਾ ਵੀ ਤੁਸੀਂ ਸਰ ਸਾਹਿਬ ਰੁਕ ਜਾਓ, ਤੁਸੀਂ ਵੀ ਇਸ ਮੀਟਿੰਗ 'ਚ ਸ਼ਾਮਿਲ ਹੋ ਜਾਓ। ਅਸੀਂ ਸ਼ਾਮਿਲ ਹੋ ਗਏ ਤੇ ਉਹ ਸਾਰੀ ਗੱਲਬਾਤ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਚੇਅਰਮੈਨ ਨੂੰ ਨੈਫਡ ਦੇ ਨੂੰ ਵੀ ਤੁਸੀਂ ਹਰਿਆਣੇ 'ਚੋਂ ਦਾਲਾਂ ਵੀ ਖਰੀਦਦੇ ਹੋ, ਆਇਲ ਸੀਡਸ ਵੀ ਖਰੀਦਦੇ ਹੋ, ਸਰੋਂ ਵਗੈਰਾ ਸਭ ਕੁਝ ਖਰੀਦਦੇ ਹੋ, ਪੰਜਾਬ 'ਚ ਕਿਉਂ ਨਹੀਂ ਖਰੀਦਦੇ? ਉਹ ਸਾਡੇ ਚੀਫ ਮਿਨਿਸਟਰ ਨੂੰ ਕਹਿੰਦਾ ਵੀ ਤੁਸੀਂ ਸਾਨੂੰ ਕਦੇ ਲਿਖਿਆ ਜੀ ਵੀ ਸਾਡੇ ਆ ਕੇ ਖਰੀਦੋ? ਕਹਿੰਦਾ ਹਰਿਆਣੇ ਜਿਹੜਾ ਮਰਜ਼ੀ ਚੀਫ ਮਿਨਿਸਟਰ ਹੋਵੇ ਸਾਨੂੰ ਚਿੱਠੀ ਲਿਖਦਾ, ਅਸੀਂ ਪੈਸਾ ਵੀ ਦਿੰਦੇ ਹਾਂ, ਉਹਦਾ ਘਾਟੇ ਵਾਧੇ ਦੇ ਵੀ ਜ਼ਿੰਮੇਵਾਰ ਅਸੀਂ ਹੁੰਦੇ ਹਾਂ, ਅਤੇ ਪਰ ਖਰੀਦਦੇ ਹਾਂ ਕੋਪਰੇਟਿਵ ਰਾਹੀਂ, ਉੱਥੇ ਹਾਫਡ ਖਰੀਦੀ ਹੈ, ਤੁਸੀਂ ਹੁਣ ਲਿਖ ਕੇ ਦਿਓ ਅਤੇ ਮੈਂ ਪੈਸਾ ਦਊਂਗਾ ਖਰੀਦਣ ਵਾਸਤੇ, ਮਾਰਕਫਿਟ ਖਰੀਦੇ। ਸਾਡੀ ਮਾਰਕਫਿਟ ਦੀ ਬਿਊਰੋਕਰੇਸੀ ਇੰਟਰਸਟਿਡ ਨਹੀਂ, ਅਤੇ ਗੱਲਾਂ ਗੁੱਲਾਂ ਜੀਆਂ ਕਰਕੇ ਟਾਲਤਾ, ਫਿਰ ਮੁੜ ਕੇ ਚੀਫ ਮਿਨਿਸਟਰ ਨੇ ਨਹੀਂ ਲਿਖਿਆ। ਤੋ ਇਹ ਤਾਂ ਬੜਾ ਪੁਰਾਣਾ ਇੱਕ ਸਿਸਟਮ ਚੱਲਿਆ ਆਉਂਦਾ ਹੈ। ਕੁਛ ਚੀਜ਼ਾਂ ਨੇ ਸਾਡੇ ਕਣਕ ਝੋਨਾ ਨਰਮਾ ਗੰਨਾ ਇਹ ਤਾਂ ਚਾਰੇ ਦਾ MSP 'ਤੇ ਖਰੀਦੇ ਜਾਂਦੇ ਨੇ। ਗੰਨੇ ਨੂੰ ਸ਼ੂਗਰ ਮਿੱਲਾਂ ਦਿੰਦੀਆਂ, ਕਾਟਨ ਕਾਰਪੋਰੇਸ਼ਨ ਨਰਮਾ ਖਰੀਦੀ ਹੈ, ਅਤੇ ਕਣਕ ਔਰ ਝੋਨਾ ਸਰਕਾਰ ਖਰੀਦੀ ਹੈ, ਅਤੇ ਜਿਹੜੀਆਂ ਬਾਕੀ ਚੀਜ਼ਾਂ ਨੇ ਇਹ ਨੈਫਡ ਦਾ ਕੰਮ ਹੈ। ਨੈਫਡ ਥਰੂ ਕੋਪਰੇਟਿਵ ਸਾਡੀ ਮਾਰਕਫਿਟ ਦੇ ਥਰੂ ਖਰੀਦੂ, ਸਾਡੀਆਂ ਸਰਕਾਰਾਂ ਹੀ ਨਹੀਂ ਇੰਟਰਸਟ ਲੈਂਦੀਆਂ ਜਾਂ ਉਹਨਾਂ ਨੂੰ ਪਤਾ ਹੀ ਨਹੀਂ। ਅੱਛਾ, ਏਡੇ ਏਡੇ ਅੰਦੋਲਨ ਵੀ ਰਾਜਵਾਲ ਸਾਹਿਬ ਹੋ ਗਏ, ਸਵਾ ਸਾਲ ਪਹਿਲਾਂ ਬੈਠੇ ਰਹੇ, ਹੁਣ ਫਿਰ ਅੰਦੋਲਨ ਚੱਲੀ ਜਾਂਦਾ, ਫਿਰ ਵੀ ਗੱਲ ਲਟਕ ਜਾਂਦੀ ਹੈ। ਹਾਲਾਂਕਿ ਹੁਣ ਇੱਕ ਨਵੀਂ ਜਿਹੜੀ ਹੈਗੀ ਹੈ, ਕਾਂਗਰਸ ਨੇ ਕਿਹਾ ਹੈ ਕਿ ਤੇਲੰਗਾਨਾ ਦੇ ਵਿੱਚ 2 ਲੱਖ ਤੱਕ ਦਾ ਕਿਸਾਨਾਂ ਕਰਜ਼ਾ ਮਾਫ਼ ਕਰਾਂਗੇ, ਆਪਣੇ ਵੀ ਕਰਨ ਦਾ ਐਲਾਨ ਕਰਤਾ ਉਹਨਾਂ ਨੇ। ਪਿਛਲੀ ਸਰਕਾਰ ਨੇ ਆਪਣੇ ਵੀ ਜਿਹੜਾ ਹੈਗਾ ਕਾਫ਼ੀ ਹੱਦ ਤੱਕ ਐਲਾਨ ਕੀਤਾ ਸੀ, ਪਰ ਉਹ ਗੱਲਾਂ ਫਿਰ ਕਿਤੇ ਨਾ ਕਿਤੇ ਪੂਰੀ ਲਕੀਤਰ ਨਹੀਂ ਵੱਜੀ। ਨਹੀਂ, ਇੱਕ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਪੱਕੇ ਤੌਰ 'ਤੇ, ਇੱਕ ਨਹੀਂ ਕਈ ਰਿਪੋਰਟਸ ਦੀ ਮੈਂ ਕੋਟ ਕਰ ਸਕਦਾ ਸਰਕਾਰੀ ਕਮੇਟੀਆਂ ਦੀਆਂ, ਜਿਹਦੇ 'ਚ ਕਲੀਅਰ ਹੋ ਜਾਂਦਾ ਵੀ ਜਿਹੜਾ ਕਰਜ਼ਾ ਕਿਸਾਨ ਦੇ ਸਿਰ ਉਹ ਸਰਕਾਰੀ ਪੋਲਿਸੀਜ਼ ਦੀ ਵਜ੍ਹਾ ਕਰਕੇ ਹੈ, ਕਿਸਾਨ ਇਹਦੇ 'ਚ ਦੋਸ਼ੀ ਨਹੀਂ। ਜਿਹੜਾ ਉਹਨੂੰ ਸਕਵੀਜ਼ ਕੀਤਾ ਜਾਂਦਾ ਉਹਦੇ ਪ੍ਰੋਫਿਟ ਨੂੰ, ਹੁਣ ਵੀ A2+FL ਨਾਲ ਦਿੰਦੇ ਨੇ, ਔਰ ਜਿਹੜੀਆਂ CACP ਦੀਆਂ ਟਰਮਸ ਆਫ ਰੈਫਰੈਂਸ ਨੇ ਉਹ ਟੋਟਲੀ ਐਂਟੀ ਫਾਰਮਰ ਨੇ, ਉਹ ਰਿਕਮੈਂਡੇਟਰੀ ਬੋਡੀ ਹੈ, ਭਾ ਮਿਥਲਾ ਪ੍ਰਾਈਮ ਮਿਨਿਸਟਰ ਦੀ ਇਕਨੋਮਿਕ ਅਫੇਅਰਸ ਕਮੇਟੀ ਨੇ ਰਿਕਮੈਂਡੇਟਰੀ ਬੋਡੀ ਦੇ ਹੱਥ ਬੰਨੇ ਨੇ, ਤੁਸੀਂ ਇਹ ਨਹੀਂ ਕਰਨਾ, ਤੁਸੀਂ ਕੋਸਟ ਆਫ ਲਿਵਿੰਗ ਨਹੀਂ ਵਧਣ ਦੇਣੀ, ਤੁਸੀਂ ਇੰਪੋਰਟ ਐਕਸਪੋਰਟ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ, ਇੰਡਸਟਰੀਅਲ ਕੋਸਟ ਸਟਰਕਚਰ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ। ਇਹ ਜਿੰਨੇ ਮੁੱਦੇ ਸਰਕਾਰ ਦੇ ਕਰਨ ਦੇ ਨੇ ਉਹ ਕਿਸਾਨ ਦੇ ਗਲ ਪਾ ਕੇ ਉਹਦੀਆਂ ਕੈਲਕੂਲੇਸ਼ਨਸ ਵੀ ਠੀਕ ਨਹੀਂ ਹੁੰਦੀਆਂ। ਤੁਹਾਡੇ ਕਹਿਣ ਦਾ ਭਾਵ ਹੈ ਕਿ ਮਹਿੰਗਾਈ ਦਾ ਦਾਵਾ ਕਰਕੇ, ਮਹਿੰਗਾਈ ਕੰਟਰੋਲ ਕਰ ਰਹੇ ਕਰਕੇ, ਉਹ ਸਾਰੀ ਦੀ ਸਾਰੀ ਮਹਿੰਗਾਈ ਦਾ ਅਸਰ ਕਿਸਾਨ ਤੇ ਚੜ ਜਾਂਦਾ ਹੈ? ਟਰਮਸ ਆਫ ਰੈਫਰੈਂਸ 'ਚ ਲਿਖਿਆ ਤੁਸੀਂ ਜੇ ਮਹਿੰਗਾਈ ਹੁੰਦੀ ਹੈ ਤੁਸੀਂ ਇਨਕਰੀਜ਼ ਰਿਕਮੈਂਡ ਨਹੀਂ ਕਰਨੀ, ਜੇ ਇੰਡਸਟਰੀਅਲ ਕੋਸਟ ਸਟਰਕਚਰ ਤੇ ਅਸਰ ਪੈਂਦਾ ਤਾਂ ਫਿਰ ਨਹੀਂ ਕਰਨਾ, ਜੇ ਇੰਪੋਰਟ ਐਕਸਪੋਰਟ ਪ੍ਰਭਾਵਿਤ ਹੁੰਦੀ ਹੈ ਤਾਂ ਨਹੀਂ ਕਰਨਾ, ਜੇ ਇੰਟਰਨੈਸ਼ਨਲ ਪ੍ਰਾਈਸ ਘੱਟ ਹੈ ਤਾਂ ਫਿਰ ਤੁਸੀਂ ਰਿਕਮੈਂਡ ਨਹੀਂ ਕਰਨਾ। ਇਹ ਸਾਰੀਆਂ ਗੱਲਾਂ ਜਿਹੜੀਆਂ ਕਿਸਾਨ ਦੇ ਵੱਸਦਾ ਨਹੀਂ, ਉਹਦਾ ਖੇਤ 'ਚ ਕੰਮ ਕਰਦਾ, ਇਹ ਕਮਰਸ਼ੀਅਲ ਐਕਟੀਵਿਟੀ ਹੈ ਖੇਤੀ, ਇਹਦੇ 'ਤੇ ਖਰਚਾ ਹੁੰਦਾ, ਅਤੇ ਜੇ ਖਰਚੇ ਇਹਦੇ ਠੀਕ ਨਾਲ ਅਕਾਊਂਟ ਫੋਰ ਕਰੋਗੇ ਤਾਂ ਫਿਰ ਉਹਦੇ ਵਿੱਚ ਤੁਸੀਂ ਫਾਰਮੂਲਾ ਜਿਹੜਾ ਮਰਜ਼ੀ ਦੇ ਦਿਓ। ਜੇ ਤੁਸੀਂ ਕੋਸਟ ਆਫ ਕਲਟੀਵੇਸ਼ਨ ਗਿਣ ਵੇਲੇ ਕੰਪੋਨੈਂਟ ਹੀ ਨਹੀਂ ਠੀਕ ਅਕਾਊਂਟ ਫੋਰ ਕੀਤੇ, ਫਿਰ ਤੁਸੀਂ ਕੀ ਦੇ ਦਿਓਗੇ ਉਹਨੂੰ? ਤਾਂ ਇਹ ਕਿਉਂਕਿ ਹਮੇਸ਼ਾ ਮੈਂ 86 ਦੀ ਜੌਲ ਕਮੇਟੀ ਦੀ ਰਿਪੋਰਟ ਦੀ ਕੋਟ ਕਰਦਾ, ਉਹਨਾਂ ਨੇ ਕਿਹਾ ਦੇਰ ਇਜ਼ ਏ ਕੰਟੀਨਿਊਸ ਸਕਵੀਜ਼ ਓਵਰ ਰੀਅਲ ਮਾਰਜਨ ਆਫ ਪ੍ਰੋਫਿਟ ਆਫ ਦਾ ਫਾਰਮਰਸ ਫੋਰ ਮੋਰ ਦੈਨ ਏ ਡਿਕੇਡ 76 ਤੋਂ ਪਹਿਲਾਂ। ਤੋਂ ਫਿਰ ਇੱਕ ਘੁੰਮਣ ਕਮੇਟੀ ਦੀ 2008 ਵਿੱਚ ਰਿਪੋਰਟ ਆਈ ਕਣਕ ਔਰ ਝੋਨਾ ਦੋ ਚੀਜ਼ ਫਸਲਾਂ ਸਟੱਡੀ ਕਰਕੇ, ਪੰਜਾਬ ਸਰਕਾਰ ਦੀ ਕਮੇਟੀ ਸੀ, ਉਹਨਾਂ ਨੇ ਕਿਹਾ 66 ਤੋਂ 2007-08 ਤੱਕ ਸਿਰਫ ਪੰਜਾਬ ਦੇ ਕਿਸਾਨਾਂ ਦਾ 2 ਫਸਲਾਂ 'ਚ ਕਣਕ ਅਤੇ ਝੋਨੇ ਵਿੱਚ ਭਾਰਤ ਸਰਕਾਰ ਨੇ ਘੱਟ ਭਾਅ ਮਿਥ ਕੇ 63,434 ਕਰੋੜ ਰੁਪਇਆ ਸਕੀਜ਼ ਕਰ ਲਿਆ। ਅਤੇ ਫਿਰ
ਇਹ ਜਦੋਂ ਬਾਰ ਬਾਰ ਸਰਕਾਰੀ ਕਮੇਟੀਆਂ ਕਹਿ ਰਹੀਆਂ, ਇਟ ਮੀਨਸ ਉਹ ਜਿਹੜਾ ਸੁਕੀਜ਼ ਕੀਤਾ ਉਹਨੇ ਘਰ ਚਲਾਉਣਾ ਸੀ, ਕਿਤੋਂ ਕਰਜ਼ਾ ਲੈ ਕੇ ਚਲਾਇਆ। ਤੇ ਹੁਣ ਜੇ ਇਹ ਕਹੋ ਵੀ ਸਾਡੇ ਕੋਲ ਪੈਸਾ ਨਹੀਂ, ਮੈਨੂੰ ਇੱਕ ਦੱਸਿਓ, ਹਰ ਸਾਲ 3.5 ਲੱਖ ਕਰੋੜ ਰੁਪਈਆ NPA ਕਹਿ ਕੇ ਕਾਰਪੋਰੇਟ ਹਾਊਸਿਸ ਦਾ ਮਾਫ ਹੁੰਦਾ, ਔਰ ਸਿੱਧਾ ਸਿੱਧਾ ਇੱਦਾਂ ਹੀ ਡਾਇਰੈਕਟ ਟੈਕਸਿਸ ਵੀ ਇੰਨੀ ਰਕਮ ਜਾਂਦੀ ਹੈ। 7 ਲੱਖ ਕਰੋੜ ਤਾਂ ਇਹ ਹੈ, 7 ਲੱਖ ਕਰੋੜ ਨਾਲ 85% ਕਿਸਾਨ ਜਿਹੜੇ ਬਿਲੋ 2 ਹੈਕਟੇਅਰ ਨੇ ਉਹਨਾਂ ਦਾ ਪਹਿਲੇ ਸਾਲ ਹੀ ਮਾਫ ਹੁੰਦਾ। ਇੱਕ ਡੈਡਲਾਈਨ ਡਿਕਲੇਅਰ ਕਰ ਦੇਣ ਵੀ ਇਸ ਤਾਰੀਖ ਨੂੰ ਜਿਹੜਾ ਕਰਜ਼ਾ ਲਿਆ ਸਾਰਿਆਂ ਦਾ ਮਾਫ, ਦੂਜਿਆਂ ਦਾ ਵਿਆਜ ਪੈਣ ਬੰਦ ਹੋ ਜਾਏ, ਲੈਣ ਦੇਣ ਹੋ ਜਾਏ, ਉਹਦਾ ਦੂਜੇ ਸਾਲ ਮਾਫ ਕਰ ਦੇਣ। ਪਰ ਪਹਿਲਾਂ ਇੱਕ ਵਾਰੀ ਹੋਇਆ ਸੀ, ਤੁਹਾਨੂੰ ਆਸ ਹੈ ਕਿ ਗੱਲ ਸਿਰੇ ਲੱਗੇਗੀ ਜਾਂ ਫਿਰ ਧਰਨੇ ਪ੍ਰਦਰਸ਼ਨ ਤੱਕ ਹੀ ਨਿਬੜ ਕੇ ਰਹੇ? ਮੈਨੂੰ ਇਹ ਦੱਸੋ ਵੀ ਕਦੇ ਕਾਰਪੋਰੇਟ ਹਾਊਸਿਸ ਨੇ ਡਿਮਾਂਡ ਕੀਤੀ ਹੈ ਸਾਡਾ ਮਾਫ ਕਰੋ, ਉਹ ਦੱਬ ਕੇ ਬਹਿ ਜਾਂਦੇ ਨੇ, ਇਹ ਮਾਫ ਕਰ ਦਿੰਦੇ ਨੇ। ਇਹ ਅੱਜ ਦਾ ਵਰਤਾਰਾ, ਅੱਜ ਦਾ ਵਰਤਾਰਾ ਥੋੜੋ ਹੈ, ਇਹ ਤਾਂ ਪਿਛਲੇ 2 ਦਹਾਕਿਆਂ ਤੋਂ ਚੱਲਿਆ ਆਉਂਦਾ ਹਮੇਸ਼ਾ। ਜਿਹਦੀ ਮਰਜ਼ੀ ਸਰਕਾਰ ਰਹੀ ਹੋਵੇ, ਕਾਰਪੋਰੇਟ ਹਾਊਸਿਸ ਨੂੰ ਹਮੇਸ਼ਾ ਹਰੇਕ ਨੇ ਦਿੱਤਾ, ਤਾਂ ਕਿਸਾਨ ਦਾ ਕਿਉਂ ਨਹੀਂ, ਲੜਾਈ ਹੈ, ਲੜ ਰਹੇ ਹਾਂ। ਤਾਂ ਬਲਵੀਰ ਸਿੰਘ ਰਾਜੇਵਾਲ ਹੋਣੀ ਕਹਿੰਦੇ ਨੇ ਕਿ ਕਿਸਾਨ ਦੀ ਲੜਾਈ ਲੜ ਰਹੇ ਹਾਂ, ਹਾਲਾਂਕਿ ਜੇ ਕਿਸਾਨ ਦੇ ਸਿਰ ਕਰਜ਼ ਵੀ ਚੜਿਆ ਤਾਂ ਉਹਦੇ ਲਈ ਵੀ ਜ਼ਿੰਮੇਵਾਰ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਸਰਕਾਰ ਦੀਆਂ ਪਾਲਿਸੀਆਂ ਨੇ, ਕਿਸਾਨ ਆਪਦੀ ਗਲਤੀ ਨਾਲ ਸਿਰ ਕਰਜ਼ ਨਹੀਂ ਚੜਾ ਰਿਹਾ। ਅਤੇ ਪਾਣੀ, ਰਹੀ ਗੱਲ ਪਾਣੀ ਦੀ, ਪੰਜਾਬ ਦੇ ਕੋਲ ਪਹਿਲੇ ਪਾਣੀ ਨਹੀਂ ਹੈ, ਜੇ ਪਾਣੀ ਵਾਧੂ ਹੋਵੇ ਤਾਂ ਬੰਦ ਮਾਰ ਕੇ ਪੰਜਾਬ ਨੇ ਕਰਨਾ ਕੀ ਹੈ? ਫਿਲਹਾਲ ਕਈ ਐਸੇ ਮਸਲੇ ਨੇ ਜਿਹੜੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਨੇ। ਕੈਮਰਾਮੈਨ ਰਜਿੰਦਰ ਦੇ ਨਾਲ ਨਪਿੰਦਰ ਸਿੰਘ ਬਰਾਲ, ਨਿਊਜ਼ 18 ਚੰਡੀਗੜ੍ਹ।